ਇਹ ਜਿਹੜਾ ਲੰਗਰ ਲਾਇਆ ਗਿਆ ਇਹ ਘੱਟੋ ਘੱਟ 10-12 ਸਾਲ ਹੋ ਗਏ ਨੇ ਅੰਮ੍ਰਿਤਸਰ ਦੀ ਇੱਕ ਫੈਮਿਲੀ ਨੂੰ ਜਿਹੜੀ ਲਗਾ ਰਹੀ ਹੈ ਲੰਗਰ, ਅਤੇ ਇਹ ਲੰਗਰ ਜਿਹੜਾ 25 ਤਰੀਕ ਤੋਂ ਆਪਣਾ ਚਾਲੂ ਹੋ ਜਾਂਦਾ, 25 ਤੋਂ ਲੈ ਕੇ 26, 27, 28 ਚਾਰ ਦਿਨ ਦਾ ਲੰਗਰ ਪੂਰਾ ਚੱਲਦਾ ਪਿਆ ਹੈ। ਇਸ ਦੇ ਵਿੱਚ ਫਰੂਟ ਦਾ ਲੰਗਰ ਆ, ਚਾਂਪ ਆ, ਫਿਰ ਡੋਸਾ ਆ ਜਾਂਦਾ ਵਾ, ਇਹਦੇ ਵਿੱਚ ਪੌਪਕੌਰਨ ਆ ਜਾਂਦੇ ਨੇ, ਲੱਡੂ ਕਰਾਰੇ ਆ ਜਾਂਦੇ ਨੇ, ਅਤੇ ਹੋਰ ਵੀ ਇੱਕ ਜਿਹੜੇ ਖੰਡ ਦੇ ਖਿਡੌਣੇ ਨੇ ਬੱਚਿਆਂ ਵਾਸਤੇ ਉਹ ਆ। ਇਹ ਜਿਹੜਾ ਲੰਗਰ ਆ ਪੂਰਾ ਮਹੱਤਵਪੂਰਨ ਲੰਗਰ ਹੋ ਚੁੱਕਾ ਭੋਗਣ ਸਾਹਿਬ ਬਾਬਾ ਦੀਪ ਸਿੰਘ ਦੇ ਜਨਮ ਸਥਾਨ 'ਤੇ, ਉਹਦੀ ਖੁਸ਼ੀ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ। ਕੀ ਕਹਿਣਾ ਚਾਹੋਗੇ ਸੰਗਤਾਂ ਨੂੰ? ਇੱਥੇ ਦੂਰੋਂ ਦੂਰੋਂ ਆ ਕੇ ਸੰਗਤਾਂ ਲੰਗਰ ਛਕਦੀਆਂ ਨੇ ਅਤੇ ਹਾਜ਼ਰੀ ਭਰਦੇ ਨੇ, ਗੁਰੂ ਦੀਆਂ ਵਡਿਆਈਆਂ ਖੁਸ਼ੀਆਂ ਲੈਣ ਵਾਸਤੇ ਪਹੁੰਚਦੀਆਂ ਨੇ, ਪਰਿਵਾਰ ਵੱਲੋਂ ਵੀ ਖੁਸ਼ੀ ਲਈ ਜਾ ਰਹੀ ਹੈ, ਸੇਵਾ ਕੀਤੀ ਜਾ ਰਹੀ ਹੈ। ਇਹ ਜਿਹੜੀ ਜਗ੍ਹਾ ਵਾ ਬਾਬਾ ਦੀਪ ਸਿੰਘ ਜੀ ਜਨਮ ਸਥਾਨ, ਹਰ ਇੱਕ ਜਿਹੜਾ ਵੇਖੋ ਇੱਕ ਸਥਾਨ ਹੁੰਦਾ ਵਾ, ਇੱਥੇ ਜਿਹੜਾ ਵੀ ਬੰਦਾ ਮਨੋ ਤਨ ਦੇ ਨਾਲ ਆਉਂਦਾ ਵਾ ਮਹਾਰਾਜ ਦੇ ਘਰ, ਜਿਹੜੀ ਚੀਜ਼ ਮੰਗਦਾ ਮਹਾਰਾਜ ਉਹਨੂੰ ਉਹ ਚੀਜ਼ ਮਿਲ ਜਾਂਦੀ ਆ। ਚੰਗੀ ਨੀਤ ਨਾਲ ਤੁਸੀਂ ਆਓ ਮਹਾਰਾਜ ਦੇ ਘਰ, ਮੱਥਾ ਟੇਕੋ, ਜਿਹੜੀ ਵੀ ਤੁਹਾਡੀ ਮਨੋਕਾਮਨਾ ਵਾ ਤੁਸੀਂ ਮਹਾਰਾਜ ਦੇ ਘਰ ਹੀ ਪੇਟ ਕਰੋ, ਤੁਹਾਡੀ ਉਹ ਮਨੋਕਾਮਨਾ ਆਉਂਦੇ ਸਾਲ ਤੱਕ ਪੂਰੀ ਹੋਏਗੀ। ਇਹ ਗੱਲ ਦੇ ਵਿੱਚ ਵੇਖਿਆ ਜਾਵੇ ਵੀ ਦੂਰੋਂ ਦੂਰੋਂ ਸੰਗਤਾਂ ਆ ਕੇ ਮਹਾਰਾਜ ਦੇ ਘਰ ਖੁਸ਼ੀਆਂ ਲੈ ਕੇ ਜਾ ਰਹੀਆਂ ਨੇ, ਉਹ ਖੁਸ਼ੀਆਂ ਦੇ ਨਾਲ ਵੇਖੋ ਇਹ ਚੀਜ਼ਾਂ ਜਿਹੜੀਆਂ ਲੰਗਰ ਲੱਗੇ ਨੇ, ਕੋਈ ਪਕੌੜਿਆਂ ਦਾ, ਕੋਈ ਫਰੂਟ ਦਾ, ਕੋਈ ਚੀਜ਼ ਦਾ, ਹਰ ਇੱਕ ਇਨਸਾਨ ਇੱਥੇ ਖੁਸ਼ ਹੋ ਜਾਂਦਾ ਆ ਕੇ ਮਹਾਰਾਜ ਦੇ ਘਰ। ਠੀਕ, ਹਾਂਜੀ ਭਾਅ ਜੀ, ਕੀ ਨਾਮ ਹੈ? ਇੱਥੇ ਵਿਸ਼ਾਲ ਲੰਗਰ ਲਗਾਇਆ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਹਾਂਜੀ ਬੋਲੀਓ, ਫਰੂਟ ਦਾ ਲੰਗਰ ਤੁਹਾਡੇ ਵੱਲੋਂ ਲਗਾਇਆ ਗਿਆ, ਕੀ ਕਹਿਣਾ ਚਾਹੋਗੇ? ਫਰੂਟ ਦਾ ਲੰਗਰ ਇੱਕ ਪਰਿਵਾਰ ਵੱਲੋਂ ਲਾਇਆ ਜਾ ਰਿਹਾ ਜੀ, ਹਰ ਸਾਲ ਇਸੇ ਤਰ੍ਹਾਂ ਹੀ ਲੰਗਰ ਲੱਗਦਾ। 12-15 ਸਾਲ ਹੋ ਚੱਲੇ ਜੀ ਇਹ ਸੇਵਾ ਨਿਭਾਉਂਦੇ ਹੋਏ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਨੂੰ ਵੀ 5 ਤੋਂ 6 ਸਾਲ ਹੋ ਗਏ ਮੌਕਾ ਮਿਲ ਰਿਹਾ। ਇੱਕ ਫਰੂਟ ਦੀ ਕੁਆਲਿਟੀ, ਔਰਗੈਨਿਕ ਫਰੂਟ, ਐਗਜ਼ੋਟਿਕ ਫਰੂਟ, ਹਰ ਤਰ੍ਹਾਂ ਦਾ ਲੰਗਰ ਇੱਥੇ, ਕਈ ਤਰ੍ਹਾਂ ਦਾ ਲੰਗਰ ਲਾਇਆ ਜਾ ਰਿਹਾ, ਫਰੂਟ ਦਾ, ਚਾਂਪਾਂ ਦਾ, ਖਜੂਰਾਂ ਦਾ, ਟਿੱਕੀਆਂ ਦਾ, ਚਾਟ ਦਾ, ਗੋਲ ਗੱਪਿਆਂ ਦਾ, ਮਤਲਬ ਹਰ ਤਰ੍ਹਾਂ ਦਾ। ਇੰਨੀ ਕੁ ਵੱਧ ਤੋਂ ਵੱਧ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਪਰਿਵਾਰ ਵੱਲੋਂ ਕਿ ਇੱਕ ਕੋਈ ਸੰਗਤ ਆਈ ਹੈ ਗੁਰੂ ਘਰ, ਜੇ ਕੋਈ 50 ਕਿਲੋਮੀਟਰ ਦੂਰੋਂ ਆਇਆ, ਅੰਮ੍ਰਿਤਸਰ ਸਾਹਿਬ ਤੋਂ ਆਇਆ, ਕੋਈ ਖਜੂਰ ਸਾਹਿਬ ਤੋਂ ਆਇਆ, ਕੋਈ ਬਠਿੰਡਿਓਂ ਆਇਆ, ਕੋਈ ਜਲੰਧਰੋਂ ਆਇਆ, ਕੋਈ ਕਪੂਰਥਲੇੋਂ ਆਇਆ, ਕੋਈ ਵੱਖੋ ਵੱਖ ਜਗ੍ਹਾ ਤੋਂ, ਦਿੱਲੀ ਤੋਂ ਵੀ ਸੰਗਤ ਬਹੁਤ ਅਨੋਖੇ, ਅਮਰ ਸ਼ਹੀਦ ਬਾਬਾ ਦੀਪ ਸਿੰਘ ਹਾਜ਼ਰ ਨਾਜ਼ਰ ਪਾਤਸ਼ਾਹ ਨੇ। ਕਿੰਨੀ ਤਰ੍ਹਾਂ ਦਾ ਫਰੂਟ ਲਿਆਂਦਾ ਗਿਆ ਇੱਥੇ? ਫਰੂਟ ਲੱਗਾ ਜੀ 7 ਤਰ੍ਹਾਂ ਦਾ, ਪਰ 7 ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 7 ਤਰ੍ਹਾਂ ਦਾ ਫਰੂਟ ਹੈ ਉਹ 70 ਤਰ੍ਹਾਂ ਤੋਂ ਵੱਧ ਭਾਰੀ ਪੈਂਦਾ, ਕਿਉਂਕਿ ਜਿਹੜਾ 7 ਤਰ੍ਹਾਂ ਦਾ ਫਰੂਟ ਹੈ ਡਾਇਰੈਕਟ ਇੰਪੋਰਟ ਕਰਾਇਆ ਜਾਂਦਾ ਕਿ ਵਾਕਈ ਜਿਹੜੀ ਫਰੂਟ ਦੀ ਕੁਆਲਿਟੀ, ਫਰੂਟ ਔਰਗੈਨਿਕ ਐਗਜ਼ੋਟਿਕ ਫਰੂਟ ਜਿਹੜਾ ਆਮ ਤੌਰ 'ਤੇ ਲੋਕ ਅਸੀਂ ਘਰ ਨਹੀਂ ਖਾ ਸਕਦੇ। ਵਿਦੇਸ਼ਾਂ ਤੋਂ ਵੀ ਮੰਗਵਾਇਆ ਗਿਆ। ਮੈਂ ਵੇਖੋ ਜੀ, ਜਪਾਨ ਦਾ ਸੇਬ ਮੰਗਵਾਇਆ ਜੀ, ਅਮਰੂਦ ਥਾਈਲੈਂਡ ਵਾਲਾ ਜੀ, ਪਾਈਨਐਪਲ ਇਰਾਨੀ, ਥਾਈਲੈਂਡ ਦਾ ਹੀ ਡਰੈਗਨ, ਕੈਲੀਫੋਰਨੀਆ ਦਾ ਗ੍ਰੇਪਸ, ਔਰ ਸਟ੍ਰੋਬਰੀ ਮਹਾਬਲੇਸ਼ਵਰ ਤੋਂ ਮੰਗਵਾਈ ਗਈ ਹੈ ਜੀ। ਖਜੂਰ ਹੈ ਉਹ ਦੁਬਈ ਤੋਂ ਮੰਗਾਈ ਗਈ। ਵਾਕਈ ਕਿ ਜੇ ਇੱਕ ਲੰਗਰ ਲਾ ਰਿਹਾ ਕਿ ਸ਼ਰਧਾ ਹੈ, ਭਾਵਨਾ ਹੈ, ਮਨ ਦੇ ਵਿੱਚ ਇੱਕ ਚਾਹ ਹੈ, ਕਿੰਨੀ ਬਾਬਾ ਦੀਪ ਸਿੰਘ ਪ੍ਰਤੀ ਪਿਆਰ ਹੈ। ਕਿੰਨੀ ਕੀਮਤ ਦੇ ਹੈ ਫਰੂਟ ਤੁਹਾਡੇ ਵੱਲੋਂ ਲਗਾਇਆ? ਫਰੂਟ ਦਾ ਇੱਕ ਜਿਹੜਾ ਸਟਾਲ ਹੈ ਭਾਈ ਦੀ ਲੇਬਰ ਵਰਕ ਲੈ ਕੇ, ਮਤਲਬ ਸਾਰਾ ਕੁਝ ਲੈ ਕੇ, ਪ੍ਰੈਜੈਂਟੇਸ਼ਨ ਤੋਂ ਲੈ ਕੇ ਫਰੂਟ ਕਟਿੰਗ ਦੇ ਵਿੱਚ ਸਾਰਾ ਕੁਝ 70-80 ਲੱਖ ਦਾ ਪ੍ਰਬੰਧ ਮੰਨ ਲਓ ਕੀਤਾ ਜਾਂਦਾ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚਦੀ ਹੈ, ਨਤਮਸਤਕ ਹੁੰਦੀ ਹੈ ਅਤੇ ਇਸ ਲੰਗਰ ਹਾਲ ਦੇ ਵਿੱਚ ਜ਼ਰੂਰ ਪਹੁੰਚਦੀ ਹੈ, ਕਿਉਂਕਿ ਹਰ ਸਾਲ ਇੰਤਜ਼ਾਰ ਰਹਿੰਦਾ ਇਸ ਲੰਗਰਾਂ ਦਾ। ਕੀ ਕਹਿਣਾ ਚਾਹੋਗੇ ਸੰਗਤਾਂ? ਦੇਖੋ ਜੀ, ਮਤਲਬ ਇਹ ਸੰਗਤਾਂ ਨੂੰ ਰਹਿੰਦਾ, ਸਾਨੂੰ ਵੀ ਇੰਤਜ਼ਾਰ ਰਹਿੰਦਾ ਜੀ। ਸਾਡੀ ਜਿਹੜੀ ਲੇਬਰ ਟੀਮ ਵਰਕ, ਜਿਨ੍ਹਾਂ ਦੇ ਪਰਿਵਾਰ ਜੁੜੇ ਆ, ਜਿਹੜੇ ਕੰਮ ਕਰਨ ਵਾਸਤੇ ਆਉਂਦੇ ਨੇ, ਉਹਨਾਂ ਨੂੰ ਪੈਸੇ ਮਿਲਦੇ ਨੇ, ਔਰ ਇੱਕ ਉਹਨਾਂ ਦੇ ਪਰਿਵਾਰ ਖੁਸ਼ਹਾਲ ਹੁੰਦਾ, ਇੱਕ ਉਹਨਾਂ ਨੂੰ ਇੱਕ ਰੋਜ਼ਗਾਰ ਦੇਣ ਦਾ ਸਾਧਨ ਵੀ ਦਿੱਤਾ ਜਾ ਰਿਹਾ ਜੀ। ਕਈ ਜਿਹੜੀ ਸੰਗਤਾਂ ਲੱਖਾਂ ਦੇ ਹਿਸਾਬ ਨਾਲ ਲੰਗਰ ਛਕਦੀ ਹੈ ਜੀ, ਲੱਖਾਂ ਦੇ ਹਿਸਾਬ ਨਾਲ। ਜੇ ਕੋਈ ਆ ਰਿਹਾ ਪਿੱਛੋਂ 50-100 ਕਿਲੋਮੀਟਰ, 200 ਕਿਲੋਮੀਟਰ, ਤੇ ਉਹਨੂੰ ਲੰਗਰ ਪੇਟ ਭਰ ਕੇ ਮਿਲ ਰਿਹਾ, ਹਰ ਤਰ੍ਹਾਂ ਦੀ ਚੀਜ਼ ਮਿਲ ਰਹੀ ਹੈ, ਔਰ ਇੱਕ ਤਰ੍ਹਾਂ ਦੀ ਸਫਾਈ
ਸਭ ਤੋਂ ਵੱਡੀ ਗੱਲ ਹੈ ਜਿਹੜੇ ਲੰਗਰ ਦੀ ਜਿਹੜੀ ਕੁਆਲਿਟੀ ਰੱਖੀ ਗਈ ਹੈ ਉਹ A+, A+1 ਅਸੀਂ ਕਹਿ ਸਕਦੇ ਹਾਂ ਕਿ ਵਾਕਈ ਜਿਹੜੀ ਫਰੂਟ ਦੀ ਜਾਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੇ ਲੰਗਰ ਲਵਾਇਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੁਆਲਿਟੀ ਵੱਲੋਂ ਸਮਝੌਤਾ ਨਹੀਂ ਕੀਤਾ ਜਾਂਦਾ। ਪਰ ਵੇਖਿਆ ਗਿਆ ਕਿ ਜਿਹੜਾ ਇਹ ਪਰਿਵਾਰ ਸੇਵਾ ਕਰ ਰਿਹਾ ਉਹਨਾਂ ਨੇ ਆਪਣਾ ਨਾਮ ਗੁਪਤ ਰੱਖਿਆ ਗਿਆ। ਦੇਖੋ ਜੀ ਮੈਂ ਤਾਂ ਇਹ ਵੀ ਗੱਲੋਂ ਹੈਰਾਨ ਹਾਂ ਕਿ ਉਹਨਾਂ ਨੇ ਪਹਿਲੀ ਵਾਰੀ ਮਤਲਬ ਤੁਹਾਨੂੰ ਸ਼ੂਟ ਕਰਨ ਦਿੱਤਾ ਮੀਡੀਆ ਨੂੰ ਉਹਨੇ, ਜੋ ਕਦੀ ਵੀ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਨਾ ਉਹਨਾਂ ਨੇ ਕਦੀ ਸ਼ੂਟ ਕਰਨ ਦਿੱਤਾ ਕਦੀ ਕਿਸੇ ਨੂੰ, ਨਾ ਕਦੀ ਉਹਨਾਂ ਨੇ ਕਦੀ ਲਾਈਵ ਵੀਡੀਓ ਪਾਉਣ ਦਿੱਤੀ ਹੈ। ਅਤੇ ਮੈਂ ਇਸ ਗੱਲੋਂ ਵੀ ਬੜਾ ਹੈਰਾਨ, ਜਿਹਨੇ ਕਿਹਾ ਕਿ ਭਾਜੀ ਨੇ ਕਿਵੇਂ ਤੁਹਾਨੂੰ ਅਲਾਊਂਸ ਕੀਤੀ ਕਿ ਚਲੋ ਤੁਸੀਂ ਆਪਣਾ ਕਲਿੱਪ ਲੈ ਸਕਦੇ ਜੀ ਜਾਂ ਲੈ, ਪਰ ਉਹ ਸੇਵਾ ਕਰਦੇ ਨੇ ਗੁਰੂ ਘਰ ਦੇ ਵਿੱਚ, ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਮੈਂ ਨਹੀਂ ਹੈ, ਕੋਈ ਮੈਲ ਨਹੀਂ ਹੈ। ਉਹਨਾਂ ਦੇ ਪਰਿਵਾਰ ਨੂੰ ਪਰਮਾਤਮਾ ਹੋਰ ਤੰਦਰੁਸਤੀ, ਬਲ ਬੁੱਧੀ ਬਖਸ਼ੇ, ਪੈਸਾ ਬਖਸ਼ੇ, ਉਹਨਾਂ ਦੇ ਪਰਿਵਾਰ ਕਾਰੋਬਾਰ ਚੜ੍ਹਦੀ ਕਲਾ 'ਚ ਰਹਿਣ, ਇਸੇ ਤਰ੍ਹਾਂ ਹੀ ਹਰ ਸਾਲ ਵੱਧ ਤੋਂ ਵੱਧ ਲੰਗਰ ਲਾਉਂਦੇ ਰਹਿਣ।